ਨਵੇਂ ਸਾਲ ਦੀ ਆਮਦ ਮੌਕੇ ਆਮ ਆਦਮੀ ਪਾਰਟੀ ਵੱਲੋਂ ਅੰਮ੍ਰਿਤਸਰ ਵਿੱਚ ਵੱਡੇ ਪੱਧਰ 'ਤੇ ਖੁਸ਼ੀਆਂ ਮਨਾਈਆਂ ਜਾ ਰਹੀਆਂ ਨੇ। ਮੇਰੇ ਨਾਲ ਅਰਵਿੰਦਰ ਸਿੰਘ ਪੱਟੀ ਨੇ ਗੱਲਬਾਤ ਉਹਨਾਂ ਨਾਲ ਕਰ ਲੈਂਦੇ ਹਾਂ। ਭਾਅ ਜੀ ਪਹਿਲੇ ਤਾਂ ਦੱਸ ਦਿਓ 2023 ਦਾ ਸਾਲ ਜਿਹੜਾ ਕਿਸ ਤਰ੍ਹਾਂ ਰਿਹਾ? ਦੇਖੋ ਜੀ, ਮੈਂ ਤਾਂ ਇਹ ਕਹਿੰਦਾ ਕਿ 2022 ਤੋਂ ਲੈ ਕੇ ਫਰਵਰੀ ਤੋਂ ਲੈ ਕੇ ਜਦੋਂ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਭਗਵੰਤ ਮਾਨ ਦੀ ਅਗਵਾਈ ਹੇਠ ਬਣੀ ਹੈ, ਉਦੋਂ ਤੋਂ ਹੀ ਪੰਜਾਬੀਆਂ ਦੇ ਵਧੀਆ ਦਿਨ ਸ਼ੁਰੂ ਹੋ ਗਏ ਆ। ਅੱਛੇ ਦਿਨ ਨਹੀਂ ਕਹਾਂਗਾ, ਵਧੀਆ ਦਿਨ ਸ਼ੁਰੂ ਹੋ ਚੁੱਕੇ ਆ, ਪੌਣੇ 2 ਸਾਲ ਹੋ ਗਏ ਆ। ਅੱਛੇ ਤੇ ਵਧੀਆ 'ਚ ਕੀ ਫਰਕ ਹੈ ਜੀ? ਅੱਛੇ ਅੱਛੇ ਆ, ਵਧੀਆ ਵਧੀਆ ਨੇ, ਅੱਛੇ ਅੱਛੇ ਕੇਂਦਰ ਸਰਕਾਰ ਦੇ ਨੇ ਜਿਹੜੇ ਤੇ ਵਧੀਆ ਪੰਜਾਬ ਸਰਕਾਰ ਜਿਹੜੇ ਵਧੀਆ ਨੇ ਉਹ ਵਧੀਆ ਨੇ, ਵਾਕਈ ਵਧੀਆ ਨੇ, ਕਿਉਂਕਿ ਆਮ ਲੋਕਾਂ ਦੀ ਸਰਕਾਰ ਬਣੀ ਹੈ, ਆਮ ਲੋਕਾਂ ਵਾਸਤੇ ਜਿਹੜੀਆਂ ਸਹੂਲਤਾਂ ਮਿਲ ਰਹੀਆਂ, ਕਿਉਂਕਿ ਉਹ ਅੱਜ ਤੱਕ ਕਿਸੇ ਨੇ ਸੋਚਿਆ ਵੀ ਨਹੀਂ ਸੀ ਕਿ ਤੁਸੀਂ 1076 'ਤੇ ਫੋਨ ਕਰੋ ਅਤੇ ਤੁਹਾਡੇ ਘਰ ਬੰਦਾ ਆ ਕੇ ਤੁਹਾਨੂੰ ਪੁੱਛੇਗਾ ਵੀ ਤੁਹਾਡੀ ਕਿਹੜੀ ਜ਼ਰੂਰਤ ਹੈ। ਸੋ ਇਹੋ ਜਿਹੀਆਂ ਸਕੀਮਾਂ, ਵੱਖ ਵੱਖ ਸਕੀਮਾਂ ਜਿਹੜੀਆਂ ਸਾਡੇ ਮੁੱਖ ਮੰਤਰੀ ਸਾਹਿਬ ਲਿਆ ਰਹੇ ਆ। ਸਭ ਤੋਂ ਵੱਡੀ ਗੱਲ ਜਿਹੜੀ ਹੈ ਕੁਛ ਦਿਨਾਂ 'ਚ ਇੱਕ ਸ਼ੁਰੂ ਕੀਤੀ ਜਾਣ ਵਾਲੀ ਹੈ, ਸੜਕ ਸੁਰੱਖਿਆ ਫੋਰਸ। ਸਭ ਤੋਂ ਵੱਡਾ ਜਿਹੜਾ ਨੁਕਸਾਨ ਅੱਜ ਤੱਕ ਹੁੰਦਾ ਸੀ ਜਾਨਾਂ ਦਾ, ਐਕਸੀਡੈਂਟਸ ਹੁੰਦਾ ਸੀ, ਭਗਵੰਤ ਮਾਨ ਉਹਨਾਂ ਨੇ ਉਹਨੂੰ ਸੋਚ ਕੇ ਇੱਕ ਨਵੀਂ ਸੜਕ ਸੁਰੱਖਿਆ ਫੋਰਸ ਬਣਾਉਣ ਜਾ ਰਹੇ ਨੇ, ਜਿਹਦੇ ਨਾਲ ਜਿਹੜੇ ਐਕਸੀਡੈਂਟਸ ਨੇ ਉਹਨਾਂ ਨੂੰ ਅਸੀਂ ਬਹੁਤ ਮਿਨੀਮਾਈਜ਼ ਕਰਾਂਗੇ। ਹੋਰ ਵੀ ਜਿਹੜੀਆਂ ਲੋਕ ਹਿੱਤ ਦੀਆਂ ਸਕੀਮਾਂ ਚੱਲਦੀਆਂ ਰਹਿਣਗੀਆਂ, ਅਤੇ 3.25 ਸਾਲ ਸਾਡੇ ਕੋਲ ਹੋਰ ਨੇ, ਅਤੇ ਮੈਂ ਤੁਹਾਨੂੰ ਯਕੀਨ ਦਵਾਉਂਦਾ ਕਿ ਜਦੋਂ 3.25 ਸਾਲ ਪੂਰੇ ਹੋਣਗੇ ਤਾਂ ਸਾਡਾ ਪੰਜਾਬ ਰੰਗਾਲਾ ਪੰਜਾਬ ਹੋਏਗਾ। ਨਵੇਂ ਸਾਲ ਦੀ ਆਗਾਜ਼ ਹੋ ਚੁੱਕਿਆ ਅਤੇ ਹੁਣ ਨਵੇਂ ਸਾਲ ਵਿੱਚ ਹੋਰ ਬਹੁਤ ਸਾਰੇ ਟੀਚੇ ਹੁੰਦੇ, ਪਾਰਟੀ ਦੇ ਆਪਣੇ ਟੀਚੇ ਹੋਣਗੇ, ਤੁਹਾਡੇ ਆਪਣੇ ਟੀਚੇ ਹੋਣਗੇ ਪਰਸਨਲ, ਕੀ ਟੀਚੇ ਲੈ ਕੇ ਮੈਂ ਇੱਥੇ ਚਲੇ ਜਾਏ? ਦੇਖੋ, ਪਰਸਨਲ ਟੀਚੇ ਤਾਂ ਅਸੀਂ ਸਾਰਿਆਂ ਸਾਹਮਣੇ ਨਹੀਂ ਕਹਿ ਸਕਦੇ ਕਿਹੜੇ ਟੀਚੇ ਨੇ। ਚਲੋ, ਪਰਮਾਤਮਾ ਅੱਗੇ ਦੁਆ ਕਰਦੇ ਹਾਂ ਕਿ ਸਾਡੇ ਵੀ ਟੀਚੇ ਪੂਰੇ ਹੋਣ ਅਤੇ ਬਾਕੀ ਸਾਰਿਆਂ ਦੇ, ਹਰ ਇੱਕ ਦੀ ਇੱਛਾ ਪੂਰੀ ਹੋਵੇ। ਸਰਕਾਰ ਦੇ ਟੀਚਿਆਂ ਦਾ ਜਿਸ ਤੱਕ ਸਵਾਲ ਹੈ, ਭਗਵੰਤ ਮਾਨ ਜੀ ਹੁਣੀ ਕਹਿ ਚੁੱਕੇ ਕਿ ਅਸੀਂ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣਾ, ਸਾਡਾ ਉਹੀ ਮੁੱਖ ਟੀਚਾ, ਉਹਦੇ 'ਚ ਹੀ ਸਾਰਾ ਕੁਝ ਆ ਜਾਂਦਾ। ਅੱਜ ਅਸੀਂ ਨਵੇਂ ਸਾਲ ਨੂੰ ਜੀ ਆਇਆਂ ਕਿ ਸਾਡੀ ਪਾਰਟੀ ਦੀ ਸਮੁੱਚੀ ਲੀਡਰਸ਼ਿਪ, ਜ਼ਿਲ੍ਹੇ ਦੀ ਲੀਡਰਸ਼ਿਪ, ਸਮੁੱਚੇ ਵਲੰਟੀਅਰ, ਜਿੰਨਾਂ ਦੇ ਕਰਕੇ, ਵਲੰਟੀਅਰ ਕਰਕੇ ਹੀ ਅੱਜ ਸਰਕਾਰ ਹੈ, ਵਲੰਟੀਅਰ ਕਰਕੇ ਅਸੀਂ ਹੈ। ਇਸ ਕਰਕੇ ਅਸੀਂ ਨਵਾਂ ਸਾਲ ਆਪਣੇ ਵਲੰਟੀਅਰ ਦੇ ਨਾਲ ਜਿਹੜਾ ਮਨਾ ਰਹੇ ਹਾਂ, ਔਰ ਅਸੀਂ ਸਭ ਨੇ ਅਰਦਾਸ ਕੀਤੀ ਹੈ, ਕਾਮਨਾ ਕੀਤੀ ਹੈ ਕਿ ਸਾਰੇ ਸੰਸਾਰ ਦੀ ਤਰੱਕੀ ਹੋਵੇ, ਸਰਬੱਤ ਦਾ ਭਲਾ ਹੋਵੇ। ਔਰ ਅੱਜ ਮਾਨ ਸਾਹਿਬ ਨੇ ਜਿਹੜਾ ਗੋਂਦਵਾਲ ਥਰਮਲ ਪਲਾਂਟ ਜਿਹੜਾ ਸਰਕਾਰ ਨੇ ਖਰੀਦਿਆ ਪ੍ਰਾਈਵੇਟ ਸੈਕਟਰ ਕੋਲ, ਉਹਦੀ ਵੀ ਸਭ ਨੂੰ ਬਹੁਤ ਬਹੁਤ ਵਧਾਈਆਂ। ਮਾਨ ਸਾਹਿਬ ਦਾ ਬਹੁਤ ਧੰਨਵਾਦ ਕਿ ਉਹਨਾਂ ਨੇ ਬਹੁਤ ਵੱਡਾ ਅੱਜ ਕੰਮ ਕੀਤਾ, ਉਹਨਾਂ ਨੂੰ ਵਧਾਈਆਂ, ਸਾਰੇ ਵਲੰਟੀਅਰਾਂ ਨੂੰ ਵਧਾਈਆਂ। ਸਭ ਨੂੰ ਅੱਜ ਇਹ ਵਧਾਈਆਂ ਦੇਣ ਵਾਸਤੇ ਅਸੀਂ ਇਹ ਮੀਟਿੰਗ ਕੀਤੀ ਹੈ ਵਲੰਟੀਅਰਾਂ ਦੇ ਨਾਲ, ਔਰ ਬਹੁਤ ਵਧੀਆ ਮੀਟਿੰਗ ਰਹੀ ਹੈ। ਔਰ 24 ਦੇ ਅੰਦਰ ਜਿੰਨੀਆਂ ਚੋਣਾਂ ਆਉਣਗੀਆਂ, ਸਾਡੀ ਸਾਰੀ ਟੀਮ, ਸਾਰੇ ਜ਼ਿਲ੍ਹੇ ਦੇ ਵਲੰਟੀਅਰ ਜਿਹੜੇ ਆ, ਇੱਕਜੁੱਟ ਹੋ ਕੇ ਮਿਹਨਤ ਦੇ ਨਾਲ ਸਾਰੀਆਂ ਚੋਣਾਂ ਜਿਹੜੀਆਂ ਉਹ ਜਿੱਤਣਗੇ। ਸਰ, ਸੂਤਰਾਂ ਤੋਂ ਖਬਰ? ਇਹ ਕਿਹੜੇ ਸੂਤਰ ਨੇ ਦੱਸੋ ਸਰ? ਕੱਲ੍ਹ ਵੀ ਸਾਡੇ ਮੁੱਖ ਮੰਤਰੀ ਜੀ ਨੇ ਕਿਹਾ, ਸਰਦਾਰ ਭਗਵੰਤ ਸਿੰਘ ਮਾਨ ਜੀ ਨੇ, ਕਿ 13 ਦੀਆਂ 13 ਸੀਟਾਂ ਲੜ ਰਹੇ ਹਾਂ, 13 ਦੀਆਂ 13 ਸੀਟਾਂ ਜਿੱਤਾਂਗੇ। ਪਰ ਜੋ ਫੈਸਲਾ ਸਾਡੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਜੀ ਅਤੇ ਸਰਦਾਰ ਭਗਵੰਤ ਸਿੰਘ ਮਾਨ ਜੀ ਕਰਨਗੇ, ਉਹ ਪਾਰਟੀ ਦੇ ਹਰ ਸਿਪਾਹੀ ਨੂੰ ਜਿਹੜਾ ਮਨਜ਼ੂਰ ਹੋਊਗਾ, ਜੋ ਵੀ ਫੈਸਲਾ ਕਰਨਗੇ, ਚਾਹੇ ਇਕੱਲਿਆਂ ਲੜਦੀ ਤਾਂ ਵੀ ਕੋਈ ਗੱਲ ਨਹੀਂ, ਜੇ ਉਹਨਾਂ ਨੇ ਕਿਹਾ ਕਿ ਕੋਈ ਕਾਂਗਰਸ ਦੇ ਨਾਲ ਲੜਦੀ ਤਾਂ ਵੀ ਕੋਈ ਗੱਲ ਨਹੀਂ, ਅਸੀਂ ਤਾਂ ਲੜਾਈ ਵਾਲੇ ਹਾਂ, ਅਸੀਂ ਤਾਂ ਸਿਪਾਹੀ ਆ, ਪਾਰਟੀ ਦੇ ਸਿਪਾਹੀ, ਜਿੱਦਾਂ ਨੂੰ ਆਰਡਰ ਕਰ ਦੂ ਸਾਡਾ ਜਨਰਲ ਜਿਹੜੇ ਆ, ਜਦੋਂ ਨੂੰ ਆਰਡਰ ਕਰ ਦੇਣਗੇ ਫੌਜਾਂ ਉਦੋਂ ਨੂੰ ਲੜਨਾ ਪੈਣਗੇ। ਦੇਖੋ ਜੀ, ਪਹਿਲੇ ਤਾਂ ਸਭ ਨੂੰ ਬਹੁਤ ਬਹੁਤ ਮੁਬਾਰਕ, ਮੈਂ ਸਾਰੇ ਸਾਡੇ ਸ਼ਹਿਰ ਵਾਸੀਆਂ ਨੂੰ ਉਹਨਾਂ ਦੇ ਪਰਿਵਾਰਾਂ 'ਤੇ ਗੁਰੂ ਦਾ ਹੱਥ ਲੱਗਿਆ ਰਹੇ, ਬਣਿਆ ਰਹੇ,
ਸਾਰੇ ਚੜ੍ਹਦੀ ਕਲਾ ਦੇ ਵਿੱਚ ਰਹਿਣ, ਸਭ ਦੀ ਮਾਤਾ ਰਾਣੀ ਦੀ ਕਿਰਪਾ ਰਹੇ। ਸਭ ਨੂੰ ਨਮਸਕਾਰ ਅਤੇ ਸਤਿ ਸ਼੍ਰੀ ਅਕਾਲ, ਸਭ ਨੂੰ ਨਵੇਂ ਸਾਲ ਦੀ ਮੁਬਾਰਕ ਐਂਡ ਹੈਪੀ ਨਿਊ ਈਅਰ। ਅੱਜ ਮਾਨ ਸਾਹਿਬ ਨੇ ਪਹਿਲੀ ਵਾਰੀ ਇੱਕ ਯੂ ਟਰਨ ਕੀਤਾ ਕਿ ਜਦੋਂ ਆਪਾਂ ਗੌਰਮੈਂਟ ਦੇ ਅਦਾਰੇ ਨੇ ਉਹ ਪ੍ਰਾਈਵੇਟ ਲੋਕਾਂ ਨੂੰ ਵੇਚੇ ਜਾਂਦੇ ਨੇ, ਪਰ ਐਤਕੀ ਇੱਕ ਥਰਮਲ ਪਲਾਂਟ ਪ੍ਰਾਈਵੇਟ ਪਰਚੇਜ਼ ਕੀਤਾ ਉਹਨਾਂ ਨੇ 1,80 ਕਰੋੜ ਰੁਪਏ ਦਾ, ਅਤੇ ਸ਼ਾਇਦ ਇਸ ਟਾਈਮ ਪ੍ਰੈਸ ਕਾਨਫਰੰਸ ਚੱਲ ਰਹੀ ਹੈ ਅਤੇ ਅਨਾਊਂਸ ਕਰਨਗੇ ਕਿ ਆਉਣ ਵਾਲੇ ਟਾਈਮ ਦੇ ਵਿੱਚ ਬਿਜਲੀ ਯੂਨਿਟ ਕਿੰਨਾ ਘੱਟ ਜਾਏਗਾ। ਅਤੇ ਉਸ ਤੋਂ ਇਲਾਵਾ ਜਿਹੜੀ ਸਾਡੀ ਫ੍ਰੀ ਬਿਜਲੀ ਜਾ ਰਹੀ ਹੈ, ਜਾਂ ਮੁਹੱਲਾ ਕਲੀਨਿਕ, ਜਾਂ ਸਕੂਲ ਆਫ ਐਮੀਨੈਂਸ, ਜਾਂ ਹੈਲਥ, ਜਾਂ ਜਿਹੜੀ ਜਿੰਨੇ ਵੀ ਖੇਤਰ 'ਤੇ ਕੰਮ ਹੋ ਰਹੇ ਉਹ ਚੱਲਦੇ ਰਹਿਣਗੇ, ਉਹਨਾਂ ਵਿੱਚ ਹੋਰ ਇੰਪਰੂਵਮੈਂਟ ਕੀਤੀ ਜਾਏਗੀ। ਅਤੇ 1076 ਨੰਬਰ ਜੋ 43 ਸੇਵਾਵਾਂ ਸ਼ੁਰੂ ਕੀਤੀਆਂ ਨੇ ਮਾਨ ਸਰਕਾਰ ਤੁਹਾਡੇ ਦੁਆਰ, ਉਹਦੇ ਉੱਤੇ ਮੈਂ ਲੋਕਾਂ ਨੂੰ ਕਹਿਣਾ ਚਾਹਾਂਗਾ ਕਿ ਉਹਨੂੰ ਪੂਰਾ ਯੂਜ਼ ਕਰੋ। ਤੁਹਾਨੂੰ ਤੁਹਾਡੇ ਸਮੇਂ ਅਨੁਸਾਰ ਸਰਕਾਰ ਦਾ ਔਫਿਸਰ ਤੁਹਾਡੇ ਕੋਲ ਘਰ ਆਏਗਾ, ਤੁਹਾਨੂੰ ਇਨਫੋਰਮ ਕਰੇਗਾ, ਡਾਕੂਮੈਂਟਸ ਤੁਹਾਡੇ ਕੋਲੋਂ ਉੱਥੋਂ ਕਲੈਕਟ ਕਰੇਗਾ, ਜੋ ਵੀ ਤੁਹਾਡੇ ਆਧਾਰ ਕਾਰਡ ਜਾਂ ਕੋਈ ਤੁਹਾਡੇ ਥੰਬ ਇੰਪ੍ਰੈਸ਼ਨ ਤੋਂ ਲੈ ਕੇ, ਅਤੇ ਮਿੱਥੇ ਸਮੇਂ ਅਨੁਸਾਰ ਉਹ ਡਾਕੂਮੈਂਟ ਤੁਹਾਡੇ ਉਹਦੇ ਵਿੱਚ ਪਹੁੰਚ ਜਾਏਗਾ। ਅਤੇ ਆਉਣ ਵਾਲੇ ਟਾਈਮ ਦੇ ਵਿੱਚ ਇਹ 43 ਸੇਵਾਵਾਂ ਨਹੀਂ ਰਹਿਣਗੀਆਂ, ਹੋਰ ਵਧਣਗੀਆਂ। ਅਤੇ ਮੈਂ ਉਮੀਦ ਕਰਦਾ ਕਿ ਜੋ ਮਾਨ ਸਰਕਾਰ, ਜੋ ਬਾਕੀ ਗੌਰਮੈਂਟਸ ਨੇ, ਉਹ ਹਮੇਸ਼ਾ 5-5 ਸਾਲ ਕੰਮ ਸ਼ੁਰੂ ਕਰਦੇ, ਕਿਉਂਕਿ ਲੋਕਾਂ ਦੀ ਜਿਹੜੀ ਇੱਕ ਸੋਚ ਹੁੰਦੀ ਹੈ ਨਾ, ਬਹੁਤ ਲਿਮਿਟਿਡ ਹੁੰਦੀ ਹੈ। ਪਰ ਸਾਡਾ ਸਿਸਟਮ ਹੈ ਨਹੀਂ, ਆਮ ਆਦਮੀ ਪਾਰਟੀ ਸਰਕਾਰ, ਕੇਜਰੀਵਾਲ ਸਾਹਿਬ, ਮਾਨ ਸਾਹਿਬ, ਉਹਨਾਂ ਨੇ ਪਹਿਲੇ ਸਾਲ ਤੋਂ, ਤਕਰੀਬਨ 2.5 ਸਾਲ ਹੋ ਗਏ, ਪਹਿਲੇ ਸਾਲ ਤੋਂ ਉਹਨਾਂ ਨੇ ਸ਼ੁਰੂ ਕਰ ਦਿੱਤਾ ਕਿ ਜੋ ਵੀ ਸੁਵਿਧਾਵਾਂ ਦੇਣੀਆਂ ਨੇ ਉਹ ਅਸੀਂ ਗੌਰਮੈਂਟ ਨੂੰ, ਆਪਣਾ ਲੋਕਾਂ ਨੂੰ ਦੇਈਏ। ਅਤੇ ਆਉਣ ਵਾਲੇ ਟਾਈਮ ਵਿੱਚ ਅਸੀਂ ਉਮੀਦ ਕਰਦੇ ਹਾਂ ਹੋਰ ਬੜੀ ਅਨਾਊਂਸਮੈਂਟਸ ਆਉਣਗੀਆਂ। ਅਤੇ ਮੈਂ ਤੁਹਾਡੇ ਮਾਧਿਅਮ ਰਾਹੀਂ ਇਹ ਕਹਿਣਾ ਚਾਹੁੰਦਾ ਕਿ ਅਸੀਂ ਐਜ਼ ਅ ਜ਼ਿਲ੍ਹਾ ਪ੍ਰਧਾਨ ਅਰਬਨ, ਅਗਰ ਤੁਹਾਡੇ ਲੋਕਾਂ ਨੂੰ ਕੋਈ ਵੀ ਪਰੇਸ਼ਾਨੀ ਆਏ, ਕੋਈ ਨਜਾਇਜ਼ ਪ੍ਰੋਬਲਮ ਆਏ, ਕੋਈ ਤੁਹਾਨੂੰ ਔਫਿਸਰ ਤੰਗ ਕਰਦਾ ਹੋਏ, ਕਿਸੇ ਵੀ ਪ੍ਰਸ਼ਾਸਨ, ਕਿਸੇ ਵੀ ਐਡਮਿਨਿਸਟ੍ਰੇਸ਼ਨ ਦੇ ਵਿੱਚ, ਪਲੀਜ਼ ਫੀਲ ਫਰੀ ਟੂ ਕੰਟੈਕਟ ਮੀ, ਮੈਨੂੰ ਮਿਲੋ, ਇਮੀਡੀਏਟਲੀ ਹੱਲ ਹੋਏਗਾ। ਸੋ ਅਸੀਂ 24 ਘੰਟੇ ਤੁਹਾਡੀ ਸੇਵਾ ਵਿੱਚ ਬੈਠੇ। ਥੈਂਕ ਯੂ ਸੋ ਮਚ, ਬਹੁਤ ਬਹੁਤ ਧੰਨਵਾਦ ਜੀ। ਬਿਲਕੁਲ ਜੀ, ਆਮ ਆਦਮੀ ਪਾਰਟੀ ਦੇ ਰਮਨ ਕੁਮਾਰ ਵੀ ਨੇ, ਉਹਨਾਂ ਨੂੰ ਵੀ ਗੱਲਬਾਤ ਕਰ ਲੈਂਦੇ ਹਾਂ। ਸਰ, 2 ਸਾਲ 'ਚ ਕਿੰਨੇ ਕੁ ਟੀਚੇ ਜਿਹੜੇ ਕਿ ਪੂਰੇ ਕਰ ਪਾਈ ਆਮ ਆਦਮੀ ਪਾਰਟੀ ਸਰਕਾਰ? ਸਰ, ਇਹਦੇ ਵਾਸਤੇ ਤਾਂ ਪਹਿਲਾਂ ਤਾਂ ਮੈਂ ਸਾਰੇ ਅੰਮ੍ਰਿਤਸਰ ਸ਼ਹਿਰ ਵਾਸੀਆਂ ਨੂੰ ਨਵੇਂ ਸਾਲ ਦੀ ਬਹੁਤ ਬਹੁਤ ਮੁਬਾਰਕਬਾਦ ਦੇਵਾਂਗਾ। ਜਿੱਥੋਂ ਤੱਕ ਟੀਚੇ ਦੀ ਗੱਲ ਹੈਗੀ ਹੈ, ਤੁਸੀਂ ਦੇਖਿਆ ਜੋ ਮਾਨ ਸਰਕਾਰ ਨੇ ਵਾਅਦੇ ਕੀਤੇ ਸੀਗੇ, ਚਾਹੇ ਉਹ ਐਜੂਕੇਸ਼ਨ ਦਾ ਵਾਅਦਾ ਹੈਗਾ ਉਹ ਵੀ ਪੂਰਾ ਕੀਤਾ, ਜੇ ਆਪਣਾ ਕੋਈ ਹੈਲਥ ਵਾਸਤੇ ਸੀਗਾ ਉਹ ਮੁਹੱਲਾ ਕਲੀਨਿਕ ਬਣਾ ਕੇ ਕੀਤਾ ਹੋਇਆ, ਜੇ ਉਹ ਸਰਵਿਸ ਸੀ, ਜੇ ਉਹਨਾਂ ਨਾਲ ਮੰਨਣਾ ਸੀਗਾ ਕਿ ਜੇ ਅਸੀਂ ਇਲੈਕਸ਼ਨ ਤੋਂ ਪਹਿਲਾਂ ਡੋਰ ਟੂ ਡੋਰ ਜਾ ਕੇ ਅਸੀਂ ਵੋਟ ਮੰਗ ਸਕਦੇ ਹਾਂ, ਅਤੇ ਘਰ ਘਰ ਜਾ ਕੇ ਅਸੀਂ ਸਰਵਿਸ ਵੀ ਪ੍ਰੋਵਾਈਡ ਕਰ ਸਕਦੇ ਹਾਂ, ਉਹ ਵੀ ਉਹਨਾਂ ਨੇ ਸਾਨੂੰ ਇੱਕ ਨਵੇਂ ਸਾਲ ਦਾ ਤੋਹਫਾ ਦਿੱਤਾ। ਇਸ ਤੋਂ ਇਲਾਵਾ ਉਹਦਾ ਕਹਿੰਦੇ ਨਵੇਂ ਸਾਲ ਦੇ ਹੋਰ ਬੜੇ, ਜਿਸ ਤਰ੍ਹਾਂ ਪ੍ਰਧਾਨ ਜੀ ਨੇ ਦੱਸਿਆ ਕਿ ਤੋਹਫਾ ਦੇਣ ਜਾ ਰਹੇ ਨੇ, ਸਾਨੂੰ ਅੱਜ ਤੋਹਫਾ ਦੇ ਰਹੇ ਨੇ ਕਿ ਬਿਜਲੀ ਦਾ ਰੇਟ ਆਉਣ ਵਾਲੇ ਦਿਨਾਂ ਵਿੱਚ ਤੁਸੀਂ ਦੇਖੋਗੇ ਕਿ ਆਮ ਰੇਟ ਜਿਹੜੇ ਆ ਉਹ 1-1.5 ਰੁਪਏ ਘੱਟ ਹੋਣਗੇ। ਇਸ ਦੇ ਨਾਲ ਹੀ ਸਾਡਾ ਇੱਕ ਮਿਸ਼ਨ ਹੈ 2024 ਦਾ ਕਿ ਅਸੀਂ ਅੰਮ੍ਰਿਤਸਰ ਨੂੰ, ਸਿਰਫ ਸਰਕਾਰ ਦਾ ਨਹੀਂ ਸਾਡਾ ਵੀ ਫਰਜ਼ ਬਣਦਾ ਕਿ ਅਸੀਂ ਸ਼ਹਿਰ ਨੂੰ ਸਾਫ਼ ਸੁਥਰਾ ਰੱਖੀਏ, ਅਤੇ ਤੁਹਾਨੂੰ ਪਤਾ ਆਉਣ ਵਾਲੇ ਦਿਨਾਂ ਵਿੱਚ ਇਲੈਕਸ਼ਨ ਵੀ ਹੋਣੇ ਹੈ, ਕਾਰਪੋਰੇਸ਼ਨ ਇਲੈਕਸ਼ਨ ਹੋਣੇ, ਅਸੀਂ ਇੱਕ ਅੱਛੀ ਕਾਰਪੋਰੇਸ਼ਨ ਬਣਾਵਾਂਗੇ, ਔਰ ਪਲੱਸ ਉਹਦਾ ਕਿਤੇ ਆਪਣੇ ਸ਼ਹਿਰ ਨੂੰ ਸੁੰਦਰ, ਸਵਰਗ ਤੋਂ ਵੀ ਸੁੰਦਰ ਬਣਾਉਣ ਦੀ ਕੋਸ਼ਿਸ਼ ਕਰਾਂਗੇ। ਹੋਰ ਵੀ ਕੋਈ ਟੀਚਾ ਮਿੱਥਿਆ ਆਮ ਆਦਮੀ ਪਾਰਟੀ ਦੀ ਜ਼ਿਲ੍ਹਾ ਇਕਾਈ ਅੰਮ੍ਰਿਤਸਰ ਨੇ? ਸਰ, ਇਹ ਤੁਹਾਨੂੰ ਉਹਦਾ ਕਹਿੰਦੇ ਸਾਡੇ ਪ੍ਰਧਾਨ ਜੀ ਜਾਂ ਆਪਣੇ ਜਿਹੜੇ ਜ਼ਿਲ੍ਹਾ ਦੇ ਅਧਿਕਾਰੀ ਨੇ, ਜਿਹੜਾ ਆਪਣੇ ਅਹੁਦੇਦਾਰ ਨੇ, ਉਹ ਜ਼ਿਆਦਾ ਬੈਟਰ ਦੱਸ ਸਕਦੇ ਨੇ। ਮੈਂ ਫਿਰ ਕੇਕ ਖਾਏ ਜਾ ਰਹੇ ਨੇ, ਅੱਜ ਤੇ ਕੇਕ ਖਾਏ ਜਾ ਰਹੇ ਨੇ, ਔਰ ਨਵੇਂ ਸਾਲ ਦਾ ਜਸ਼ਨ ਮਨਾਇਆ ਜਾ ਰਿਹਾ, ਔਰ ਪੁਰਾਣੇ ਸਾਲ ਦੀਆਂ ਜਿਹੜੀਆਂ ਆਪਣੀਆਂ ਉਪਲਬਧੀਆਂ ਸੀਗੀਆਂ ਉਹਨਾਂ ਦੇ ਉੱਪਰ ਉਹਦਾ ਚਰਚਾ ਹੋਈ ਹੈ, ਪਲੱਸ ਉਹਦਾ ਕਿਤੇ ਜਿਹੜੇ ਆਉਣ ਵਾਲੇ ਨਵੇਂ ਸਾਲ ਦੇ ਕੰਮ ਹੈ ਉਹਨਾਂ ਦੇ ਉੱਪਰ ਚਰਚਾ ਹੋਈ ਹੈ, ਬਹੁਤ ਛੇਤੀ ਅਸੀਂ ਉਹ ਕੰਮ ਤੁਹਾਡੇ ਅੱਗੇ ਉਜਾਗਰ ਕਰ ਦਾਂਗੇ। ਬਿਲਕੁਲ ਜੀ, ਚਰਚਾ ਜਿਹੜੀ ਹੋਈ ਹੈ ਬੀਤੇ ਸਾਲ ਦੀ, ਕੀ ਕੰਮ ਜਿਹੜੇ ਰਹਿ ਗਏ ਨੇ, ਹੁਣ ਉਹ ਕੰਮ ਕਿਸ ਤਰ੍ਹਾਂ ਅੱਗੋਂ ਪੂਰੇ ਕਰਨੇ ਨੇ? ਤਾਂ ਅਸ਼ੋਕ ਤਲਵਾਰ ਜਿਹੜੇ ਕਿ ਚੇਅਰਮੈਨ ਇੰਪਰੂਵਮੈਂਟ ਟਰੱਸਟ ਨੇ, ਉਹ ਵੀ ਇੱਥੇ ਨੇ, ਉਹਨਾਂ ਨੇ ਗੱਲਬਾਤ ਕਰ ਲੈਣੇ। ਸਰ, 2023 ਗੁਜ਼ਰ ਗਿਆ, 2024 ਆ ਗਿਆ ਜੀ, ਕੀ ਕਹਿਣਾ ਨਵੇਂ ਸਾਲ 'ਤੇ? ਨਵੇਂ ਸਾਲ ਦੀਆਂ ਪਹਿਲਾਂ ਤਾਂ ਆਮ ਆਦਮੀ ਪਾਰਟੀ ਵੱਲੋਂ, ਮੇਰੇ ਵੱਲੋਂ,
ਸਾਰੇ ਸਾਡੀ ਪਾਰਟੀ ਲੀਡਰਸ਼ਿਪ ਵੱਲੋਂ ਬਹੁਤ ਬਹੁਤ ਸ਼ੁਭਕਾਮਨਾਵਾਂ। ਆ 2024 ਸਾਰਿਆਂ ਵਾਸਤੇ ਇੱਕ ਨਵੀਂ ਖੁਸ਼ੀਆਂ ਲੈ ਕੇ ਆਵੇ, ਜਿੱਦਾਂ ਮਾਨ ਸਾਹਿਬ ਦਾ ਸੁਪਨਾ ਮੇਰਾ ਹੱਕ ਹੱਸਦਾ ਖੇਡਦਾ ਪੰਜਾਬ, ਰੰਗ ਬਿਰੰਗਾ ਪੰਜਾਬ, ਜੋ 2023 'ਚ ਨਹੀਂ ਕਰ ਪਾਏ, ਪੂਰਾ ਜਜ਼ਬਾ ਹੈਗਾ ਇੱਕ ਇੱਕ ਵਲੰਟੀਅਰ ਦਾ ਵਿੱਚ ਕਿ ਅਸੀਂ 2024 ਦੇ ਵਿੱਚ ਉਹ ਕਰਨਾ ਹੈਗਾ। ਇੱਕ ਪੰਜਾਬ ਨੂੰ ਜੋ ਮਾਨ ਸਾਹਿਬ ਦਾ ਸੁਪਨਾ, ਕੇਜਰੀਵਾਲ ਸਾਹਿਬ ਦਾ ਸੁਪਨਾ ਹੈ, ਇੱਕ ਰੰਗਲਾ ਪੰਜਾਬ ਬਣਾਉਣਾ ਹੈਗਾ। ਤੁਸੀਂ ਦੇਖੋਗੇ 2024 'ਚ ਬਹੁਤ ਬਦਲ ਜਾਏਗਾ ਪੰਜਾਬ। ਆ ਪਾਰਟੀ ਨੂੰ ਪਤਾ ਲੱਗ ਜਾਏਗਾ ਦੂਸਰਿਆਂ ਨੂੰ ਕਿ ਅੱਜ ਤੋਂ ਪਹਿਲਾਂ ਪਾਰਟੀਆਂ ਰਾਜ ਕਰਦੀਆਂ ਰਹੀਆਂ ਸਰ, ਲੇਕਿਨ ਹੁਣ ਇੱਕ ਪਾਰਟੀ ਆਈ ਹੈ ਜਿਹੜੀ ਪੰਜਾਬ ਦੀ ਸੇਵਾ ਕਰਨ ਦਾ ਜਜ਼ਬਾ ਹੈਗਾ, ਉਹ ਸੇਵਾ ਕਰ ਰਹੀ ਹੈ। ਲਗਾਤਾਰ ਕੰਮ ਕੀਤੇ ਗਏ ਔਰ ਅੱਜ ਵੀ ਮਾਨ ਸਾਹਿਬ ਨੇ ਬਹੁਤ ਬੜਾ ਇੱਕ ਪੰਜਾਬ ਨੂੰ ਤੋਹਫਾ ਦਿੱਤਾ ਹੈਗਾ, ਬਠਿੰਡਾ ਥਰਮਲ ਪਲਾਂਟ, ਉਹ ਜਿਹੜਾ ਪ੍ਰਾਈਵੇਟ ਸੈਕਟਰ ਪ੍ਰਾਈਵੇਟ ਹੱਥਾਂ 'ਚ ਹੈਗਾ ਸੀ, ਉਹ ਗੌਰਮੈਂਟ ਨੇ ਆਪ ਖਰੀਦਿਆ 1,080 ਕਰੋੜ ਤੋਂ। ਫਾਇਦਾ ਹੋਏਗਾ ਆਮ ਲੋਕਾਂ ਨੂੰ, ਪੰਜਾਬ ਦੇ ਲੋਕਾਂ ਨੂੰ। ਆਮ ਲੋਕਾਂ ਨੂੰ ਤਾਂ ਪਹਿਲੇ 300 ਯੂਨਿਟ ਬਿਜਲੀ ਪੰਜਾਬ ਸਰਕਾਰ ਮੁਫ਼ਤ ਦੇ ਰਹੀ ਹੈਗੀ ਹੈ, ਹਰ ਮਹੀਨੇ 600 ਯੂਨਿਟ ਉਹਨੂੰ 2 ਮਹੀਨੇ ਦੇ ਮਿਲ ਰਹੇ ਹੈਗੇ ਆ। ਹੁਣ ਇਹਦੇ ਨਾਲ ਕੀ ਹੋਣ ਵਾਲਾ, ਹਰ ਪੰਜਾਬੀ ਨੂੰ, ਹਰ ਵਿਅਕਤੀ ਨੂੰ ਕਰੀਬ 1.5 ਤੋਂ 2 ਰੁਪਏ ਦੇ ਕਰੀਬ ਰੇਟ ਘੱਟ ਮਿਲਣ ਵਾਲਾ, ਇੰਨਾ ਫਾਇਦਾ ਹੋ ਜਾਏਗਾ। ਐਸੇ ਕਰਕੇ ਲੋਕਾਂ ਵਾਸਤੇ ਖਰੀਦਿਆ ਹੈਗਾ। ਚੀਪੈਸਟ ਇਲੈਕਟ੍ਰੀਸਿਟੀ ਪੰਜਾਬ 'ਚ ਹੋਏਗੀ। ਆਹ ਤਾਂ ਇੱਕ ਸ਼ੁਰੂਆਤ ਹੈ, ਬਹੁਤ ਉਪਰਾਲੇ ਕਰਨੇ ਹੈ। ਅਸੀਂ ਨਹੀਂ ਕਹਿੰਦੇ ਕਿ ਅਸੀਂ ਬਹੁਤ ਕੀਤਾ ਪੰਜਾਬ ਵਾਸਤੇ, ਬਹੁਤ ਕਰਨਾ ਬਾਕੀ ਹੈ ਸਰ, ਬਹੁਤ ਕਰਨਾ ਬਾਕੀ ਹੈ, ਕਰਾਂਗੇ। ਵਾਹਿਗੁਰੂ ਬਖਸ਼ਿਸ਼ ਦੇਵੇ, ਵਾਹਿਗੁਰੂ ਸਮਰੱਥਾ ਸਾਨੂੰ ਪ੍ਰਦਾਨ ਕਰੇ। ਸਾਡਾ ਉਹ ਜਿਹੜਾ ਮਿਸ਼ਨ ਹੈ, ਉਹਨੂੰ ਅਰਦਾਸ ਆਹੀ ਕਰਦੇ ਹੈ ਵਾਹਿਗੁਰੂ ਦੇ ਅੱਗੇ। ਅੱਜ ਇੰਪਰੂਵਮੈਂਟ ਟਰੱਸਟ ਦਫ਼ਤਰ 'ਚ ਵੀ ਸੁਖਮਨੀ ਸਾਹਿਬ ਦਾ ਪਾਠ ਰੱਖਿਆ ਗਿਆ। ਇੱਕੋ ਹੀ ਅਰਦਾਸ ਮੰਗੀ ਸਾਰਿਆਂ ਨੇ, ਜਿੰਨੇ ਵੀ ਮੈਂ ਸੀ, ਮੇਰੇ ਸਟਾਫ ਮੈਂਬਰ ਨੇ, ਕਿ ਆਉਣ ਵਾਲੇ 2024 ਜਿਹੜੀਆਂ ਸਾਡੇ ਕੋਲ ਕਮੀਆਂ ਪੇਸ਼ੀਆਂ 2023 'ਚ ਰਹਿ ਗਈਆਂ, ਵਾਹਿਗੁਰੂ ਦੀ ਨਗਰੀ ਦੀ ਜੀ ਭਰ ਕੇ ਸਾਰੇ ਇਕਜੁੱਟ ਹੋ ਕੇ ਸੇਵਾ ਕਰੀਏ, ਵਾਹਿਗੁਰੂ ਸਾਨੂੰ ਸਮਰੱਥਾ ਦੇਵੇ। ਆਹੀ ਮੈਂ ਸਾਰਿਆਂ ਤੋਂ ਮੈਂ ਚਾਹਾਂਗਾ ਕਿ ਲੋਕ ਸਾਨੂੰ ਸਮਰਥਨ ਦੇਣ, ਅਸੀਂ ਲੋਕਾਂ ਦੇ ਘਰ ਜਾ ਕੇ ਲੋਕਾਂ ਦੇ ਕੰਮ ਕਰੀਏ। ਆਹੀ ਇੱਕ ਜਜ਼ਬਾ ਹੈਗਾ। ਇਸ ਤਰ੍ਹਾਂ ਤੁਹਾਨੂੰ ਦਿਖੇਗਾ, ਜਿਸ ਤਰ੍ਹਾਂ ਤੁਸੀਂ 2024 ਦੇ ਐਂਡ 'ਚ 25 'ਚ ਮੈਨੂੰ ਦੇਖੋਗੇ, ਗੱਲ ਕਰੋਗੇ, ਅਤੇ ਤੁਸੀਂ ਇਹ ਖੁਦ ਕਹੋਗੇ ਕਿ ਤਲਵਾਰ ਸਾਹਿਬ ਆਮ ਆਦਮੀ ਪਾਰਟੀ ਦੇ ਲੀਡਰ ਸਾਹਿਬਾਨ ਵਲੰਟੀਅਰ ਸਹੀ ਕਹਿ ਰਹੇ ਸੀ, ਉਹਨਾਂ ਨੇ ਕਰਕੇ ਦਿਖਾ ਦਿੱਤਾ ਔਰ ਕਰਨਾ ਹੈ। ਧੰਨਵਾਦ। ਤਾਂ ਬਿਲਕੁਲ ਜੀ, ਆਮ ਆਦਮੀ ਪਾਰਟੀ ਨੇ ਜੋ ਕਿਹਾ ਉਹ ਕਰਕੇ ਵਿਖਾਇਆ ਹੈ। ਅਜਿਹਾ ਆਖਣਾ ਜਿਹੜੇ ਕਿ ਇੰਪਰੂਵਮੈਂਟ ਟਰੱਸਟ ਦੇ ਅੰਮ੍ਰਿਤਸਰ ਦੇ ਚੇਅਰਮੈਨ ਨੇ ਅਸ਼ੋਕ ਤਲਵਾਰ, ਕਿਉਂਕਿ ਅੱਜ ਇੱਥੇ ਇੱਕ ਨਵੇਂ ਸਾਲ ਦੀ ਪਾਰਟੀ ਔਰਗਨਾਈਜ਼ ਕੀਤੀ ਗਈ ਹੈ, ਜਿਸ ਵਿੱਚ ਜ਼ਿਲ੍ਹਾ ਇਕਾਈ ਜਿਹੜੀ ਕਿ ਆਮ ਆਦਮੀ ਪਾਰਟੀ ਦੀ ਉਹ ਸ਼ਾਮਿਲ ਹੋਈ ਹੈ, ਅਤੇ 2024 ਅੰਦਰ ਕਿਹੜੇ ਕਿਹੜੇ ਟੀਚੇ ਮਿੱਥੇ ਗਏ ਨੇ ਉਹਨਾਂ 'ਤੇ ਵੀ ਚਰਚਾ ਹੋਈ ਹੈ। ਤਾਂ ਇਹੀ ਆਖਿਆ ਜਾ ਰਿਹਾ ਵੀ ਆਮ ਆਦਮੀ ਪਾਰਟੀ ਸਰਕਾਰ ਹੁਣ ਜਿਹੜੇ ਆਉਣ ਵਾਲੇ 3 ਸਾਲ ਹੈ, ਉਹਨਾਂ ਦੌਰਾਨ ਲਗਾਤਾਰ ਪੰਜਾਬ ਦੇ ਲੋਕਾਂ ਦੀ ਸੇਵਾ ਵਿੱਚ ਲੱਗੀ ਰਹੇਗੀ। ਕੈਮਰਾ ਪਰਸਨ ਸੁਖਪਾਲ ਦੇ ਨਾਲ ਸਿਕੰਦਰ ਪਸਰੀਚਾ, ਦੈਨਿਕ ਸਵੇਰਾ ਟੀਵੀ, ਅੰਮ੍ਰਿਤਸਰ।